ਯੂਕੇ ਤੇ ਯੂਰਪੀ ਸੰਘ ਵਿਚਕਾਰ ਹੋਏ 668 ਬਿਲੀਅਨ ਪਾਉਂਡ ਦਾ ਵਪਾਰ ਦੇ ਸਮਝੌਤੇ ਨੂੰ ਅੱਜ ਬਰਤਾਨੀਆ ਦੀ ਸੰਸਦ ਵਿੱਚ ਮਨਜ਼ੂਰੀ ਮਿਲ ਗਈ। ਯੂਕੇ ਦੇ ਸਮੇਂ ਅਨੁਸਾਰ ਸੰਸਦ ਵਿੱਚ ਉਕਤ ਸਮਝੌਤੇ 'ਤੇ ਸਵੇਰੇ 9:30 ਦੇ ਕਰੀਬ ਬਹਿਸ ਸ਼ੁਰੂ ਹੋਈ ਅਤੇ ਆਵਾਜ਼ ਵਿੱਚ ਸੰਧੀ 'ਤੇ ਵੋਟਾਂ ਪਾਈਆਂ ਗਈਆਂ। ਵਪਾਰ ਸਮਝੌਤੇ ਦੇ ਹੱਕ ਵਿੱਚ 571 ਅਤੇ ਵਿਰੋਧ ਵਿੱਚ 73 ਵੋਟਾਂ ਪਾਈਆਂ। 448 ਵੋਟਾਂ 'ਤੇ ਬਹੁਮਤ ਦੇ ਨਾਲ ਬ੍ਰੈਗਜ਼ਿਟ ਵਪਾਰ ਸਮਝੌਤੇ ਨੂੰ ਪ੍ਰਵਾਨਗੀ ਮਿਲ ਗਈ। ਉਕਤ ਸਮਝੌਤੇ ਨੂੰ ਪ੍ਰਧਾਨ ਮੰਤਰੀ ਬੋਰਿਸ ਜੌਨਸਨ ਨੇ ਯੂਕੇ ਸਰਕਾਰ ਦੀ ਵੱਡੀ ਪ੍ਰਾਪਤੀ ਦੱਸਦਿਆਂ ਇਸ ਨੂੰ ਬਰਤਾਨੀਆ ਲਈ ਲਾਹੇਵੰਦ ਸਮਝੌਤਾ ਕਿਹਾ ਹੈ। 12 ਸਾਲ ਤੋਂ ਬਾਅਦ ਸਫਿਆਂ ਦੀ ਇਸ ਸੰਧੀ ਨੂੰ ਸੱਤਾਧਾਰੀ ਪਾਰਟੀ ਦੇ ਸੰਸਦ ਮੈਂਬਰਾਂ ਤੋਂ ਇਲਾਵਾ ਲੇਬਰ ਪਾਰਟੀ ਵੱਲੋਂ ਵੀ ਹਮਾਇਤ ਕੀਤੀ ਗਈ, ਜਦਕਿ DUP ਸਕਾਟਿਸ ਨੈਸ਼ਨਲ ਪਾਰਟੀ ਲਿਬਰਲ ਡੈਮੋਕਰੈਟਿਕ ਦੇ ਸੰਸਦ ਮੈਂਬਰਾਂ ਨੇ ਉਕਤ ਸੰਧੀ ਦਾ ਵਿਰੋਧ ਕੀਤਾ ਹੈ। ਜ਼ਿਕਰਯੋਗ ਹੈ ਕਿ ਯੂਰਪੀਅਨ ਸੰਘ ਅਤੇ ਯੂਕੇ ਦੇ ਵਿਚਕਾਰ ਤੋੜ ਵਿਛੋੜੇ ਦੀ ਪ੍ਰਕਿਰਿਆ ਨੂੰ ਨੇਪਰੇ ਚਾੜਨ ਲਈ 4 ਸਾਲ 6 ਮਹੀਨੇ ਦੇ ਕਰੀਬ ਸਮਾਂ ਲੱਗਾ। ਦੋਹਾਂ ਧਿਰਾਂ ਦੇ ਵਿਚਕਾਰ ਵਪਾਰ ਸੰਧੀ ਨਿਰਧਾਰਿਤ ਦਿਨ ਤੋਂ ਸਿਰਫ ਇੱਕ ਦਿਨ ਪਹਿਲਾਂ 24 ਦਸੰਬਰ ਨੂੰ ਹੋਈ। 1 ਜਨਵਰੀ ਤੋਂ ਮੁਕੰਮਲ ਤੌਰ 'ਤੇ ਵੱਖ ਹੋਣ ਵਾਲੇ ਬਰਤਾਨੀਆ ਦੇ ਦੋਵੇਂ ਸਦਨਾਂ ਵਿੱਚ ਅੱਜ 30 ਨਵੰਬਰ ਨੂੰ ਉਕਤ ਸੰਧੀ ਨੂੰ ਪ੍ਰਵਾਨਗੀ ਮਿਲੀ ਹੈ। ਉੱਪਰਲੇ ਸਦਨ ਵਿੱਚ ਪ੍ਰਵਾਨਗੀ ਮਿਲਣ ਤੋਂ ਬਾਅਦ ਮਹਾਰਾਣੀ ਐਲੀਜ਼ਾਬੈਥ ਬਿੱਲ 'ਤੇ ਦਸਤਖਤ ਕਰਕੇ ਆਖਰੀ ਪ੍ਰਕਿਰਿਆ ਪੂਰੀ ਕਰੇਗੀ। ਬਿੱਲ 'ਤੇ ਬੋਲਦਿਆਂ MP ਤਨਮਨਜੀਤ ਸਿੰਘ ਢੇਸੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਨੇ ਕਈ ਵਾਅਦਿਆਂ ਨੂੰ ਤੋੜਿਆ ਹੈ। MP ਵਰਿੰਦਰ ਸ਼ਰਮਾ ਨੇ ਬ੍ਰੈਗਜ਼ਿਟ ਵਪਾਰ ਸਮਝੌਤੇ ਦੇ ਹੱਕ ਵਿੱਚ ਵੋਟ ਪਾਈ ਹੈ। ਬਿਊਰੋ ਰਿਪੋਰਟ, ਆਵਾਜ਼ੇ ਕੌਮ TV।